ਹੈਲੋ ਜੀ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨਮੋਲ ਸਿੰਘ ਗੁਲਾਟੀ। ਤੇ ਜਿਵੇਂ ਕਿ ਅੱਜ ਕੱਲ੍ਹ ਇੱਕ ਇਹੋ ਜਿਹਾ ਮੁੱਦਾ ਉੱਠਿਆ ਹੋਇਆ ਨਸ਼ਾ, ਜਿਹਦੇ ਉੱਤੇ ਕਾਫੀ ਡਿਬੇਟਸ ਚੱਲ ਰਹੀਆਂ ਨੇ। ਇਹੋ ਜਿਹਾ ਮੁੱਦਾ ਹੈ ਜਿਹੜਾ ਕਿ ਦੇਸ਼ ਦੇ ਨਾਲ ਹੀ ਨਾਲ ਖਾਸ ਕਰ ਪੰਜਾਬ ਦੇ ਯੂਥ ਦੇ ਲਈ ਕਾਫੀ ਵੱਡਾ ਖਤਰਾ ਬਣਿਆ ਹੋਇਆ। ਉਸ ਖਤਰੇ ਤੇ ਕਾਫੀ ਮੂਵੀਜ਼ ਆਈਆਂ ਨੇ, ਉਹਦੇ ਅਵੇਅਰਨੈਸ ਲਈ ਕਾਫੀ ਮੂਵੀਜ਼ ਆਈਆਂ ਨੇ। ਇੱਕ ਹੋਰ ਮੂਵੀ ਆ ਰਹੀ ਹੈ ਜ਼ਿੰਦਗੀ ਜ਼ਿੰਦਾਬਾਦ ਤੇ, ਜ਼ਿੰਦਗੀ ਜ਼ਿੰਦਾਬਾਦ ਦੇ ਲੀਡ ਐਕਟਰ ਸਾਡੇ ਨਾਲ ਮੌਜੂਦ ਨੇ ਨਿੰਜਾ ਜੀ। ਨਿੰਜਾ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ। ਨਿੰਜਾ ਜੀ, ਜਿਹੜੀ ਤੁਸੀਂ ਮੂਵੀ ਲੈ ਕੇ ਆ ਰਹੇ ਹੋ ਜ਼ਿੰਦਗੀ ਜ਼ਿੰਦਾਬਾਦ, ਕੀ ਕੁਝ ਨਵਾਂ ਲੈ ਕੇ ਆ ਰਹੇ ਹੋ ਉਸ ਮੂਵੀ 'ਚ? ਤੁਸੀਂ ਪੋਸਟਰ ਦੇਖਿਆ ਭਾਜੀ, ਤੁਹਾਨੂੰ ਕੀ ਨਵਾਂ ਲੱਗਿਆ? ਨਵਾਂ ਤਾਂ ਸਭ ਤੋਂ ਪਹਿਲਾਂ ਤਾਂ ਮਿਹਨਤ ਲੱਗ ਰਹੀ ਹੈ ਤੁਹਾਡੀ, ਸਭ ਤੋਂ ਜ਼ਿਆਦਾ ਪੋਸਟਰ 'ਚ ਬਿਲਕੁਲ ਪਛਾਣ ਨਹੀਂ ਆ ਰਹੇ, ਬਿਲਕੁਲ ਹੀ ਅਲੱਗ ਲੱਗ ਰਹੇ, ਇੱਕ ਅਲੱਗ ਰੂਪ। ਪਹਿਲਾਂ ਚੰਨਾ ਮੇਰਿਆ ਸੀਗੀ, ਠੀਕ ਹੈ ਜੀ, ਉਸ ਤੋਂ ਬਾਅਦ ਇਹ ਮਤਲਬ ਬਿਲਕੁਲ ਹੀ ਡਿਫਰੈਂਟ ਕੈਰੈਕਟਰ। ਭਾਜੀ, ਇੱਕ ਹਾਰਡਵਰਕ ਹੈ ਜਿਹਨੂੰ ਮੈਂ ਹਮੇਸ਼ਾ ਕਰਦਾ ਰਹਿਣਾ, ਔਰ ਜਿਹਦੀ ਹਰੇਕ ਕੰਮ ਦੇ ਵਿੱਚ ਬਿਲੀਵੇਬਿਲਟੀ ਦੀ ਇੱਕ ਸਰਚ ਚੱਲਦੀ ਰਹਿੰਦੀ ਹੈ ਮੇਰੀ। ਔਰ ਜੇ ਪੋਸਟਰ ਦੀ ਫਸਟ ਲੁੱਕ ਦੇ ਵਿੱਚ ਤੁਹਾਨੂੰ ਬਿਲੀਵੇਬਿਲਟੀ ਲੱਗ ਰਹੀ ਹੈ ਤਾਂ ਰੱਬ ਸੁੱਖ ਰੱਖੇ, ਤੁਹਾਨੂੰ ਪੂਰੀ ਫਿਲਮ ਦੇ ਵਿੱਚ ਵੀ ਬਿਲੀਵੇਬਿਲਟੀ ਜ਼ਰੂਰ ਦਿਖੂਗੀ ਭਾਈ। ਤੁਸੀਂ ਆਪਣੇ ਆਪ ਨਾਲ ਜ਼ਰੂਰ ਉਸ ਚੀਜ਼ ਨੂੰ ਮੈਚ ਕਰ ਸਕੋਗੇ, ਜਾਂ ਆਲੇ ਦੁਆਲੇ ਦੇ ਵਿੱਚ ਕੁਛ ਵੀ ਚੀਜ਼ ਤੁਸੀਂ ਦੇਖੀ ਹੋਊਗੀ, ਤੁਹਾਨੂੰ ਜ਼ਰੂਰ ਤੁਸੀਂ ਆਪਣੇ ਆਪ ਨਾਲ ਰਿਲੇਟ ਕਰੋਗੇ, ਇਹ ਮੇਰਾ ਵਾਅਦਾ ਤੁਹਾਡਾ। ਨਿੰਜਾ ਜੀ, ਮਿੰਟੂ ਗੁਰਸਰੀਆ ਜਿਹਦੀ ਲਾਈਫ 'ਤੇ ਪਹਿਲਾਂ ਵੀ ਇੱਕ ਮੂਵੀ ਆਈ ਸੀਗੀ ਡਾਕੂਆਂ ਦਾ ਮੁੰਡਾ, ਹੁਣ ਤੁਸੀਂ ਲੈ ਕੇ ਆ ਰਹੇ ਹੋ ਜ਼ਿੰਦਗੀ ਜ਼ਿੰਦਾਬਾਦ, ਇਸ ਮੂਵੀ ਨੂੰ, ਸਕ੍ਰਿਪਟ ਨੂੰ ਤੁਸੀਂ ਹਾਂ ਕਿਉਂ ਕੀਤੀ? ਮਤਲਬ ਤੁਹਾਨੂੰ ਵੀ ਕੁਛ ਰਿਲੇਟ ਕਰਦਾ ਹੋਇਆ ਲੱਗਿਆ ਜਦੋਂ ਤੁਸੀਂ ਇਹ ਸਕ੍ਰਿਪਟ ਸੁਣੀ, ਸਕ੍ਰਿਪਟ ਪੜ੍ਹੀ ਤੁਸੀਂ? ਤੁਸੀਂ ਮੇਰੀ ਇੰਟਰੋਡਕਸ਼ਨ ਦਿੱਤੀ ਭਾਜੀ ਵੀ ਪੰਜਾਬ ਦੇ ਵਿੱਚ ਇੱਕ ਮੁੱਦਾ ਨਸ਼ਿਆਂ ਦਾ। ਮੈਂ ਇੱਕ ਆਮ ਜਿਹਾ ਬੰਦਾ ਭਾਜੀ, ਮੈਂ ਡਿਸਕ ਉਹ ਹੋ ਰਿਹਾ, ਮੈਂ ਥੋੜ੍ਹਾ ਜਿਹਾ ਮੇਰਾ ਫਿਰ ਖਿਆਲ ਜਿਹਾ ਨਿਕਲ ਜਾਂਦਾ ਦਿਮਾਗ 'ਚੋਂ, ਮੈਂ ਤਾਂ ਕਰਕੇ ਮੈਂ ਭਾਜੀ ਵਾਲੀ ਦੇਖ ਰਿਹਾ ਤਾਂ ਕਰਕੇ, ਆਈ ਐਮ ਰੀਅਲੀ ਸੌਰੀ। ਤੁਸੀਂ ਮੇਰੀ ਇੰਟਰੋਡਕਸ਼ਨ ਦਿੱਤੀ ਵੀ ਪੰਜਾਬ ਦੇ ਵਿੱਚ ਇੱਕ ਮੁੱਦਾ ਚੱਲ ਰਿਹਾ, ਤੁਸੀਂ ਅੱਜ ਇੰਨੀ ਮੀਡੀਆ ਇਕੱਠੀ ਹੋਈ ਆ, ਤੁਹਾਡੇ ਹਰੇਕ ਦੀ ਜ਼ੁਬਾਨ 'ਤੇ ਮੈਂ ਇਹੀ ਸੁਣ ਰਿਹਾ ਵੀ ਭਾਜੀ ਬਾ ਕਮਾਲ ਪੋਸਟਰ, ਤੁਸੀਂ ਬਹੁਤ ਜ਼ਿਆਦਾ ਅੱਛੇ ਲੱਗ ਰਹੇ ਹੋ, ਵੀ ਇੱਕ ਕਰੈਕਟਰ ਲੱਗ ਰਿਹਾ, ਉਹ ਸੱਚ ਜੋ ਮੈਂ ਸੁਣਿਆ ਸੀ, ਉਹ ਸੱਚ ਨੂੰ ਸੁਣ ਕੇ ਮੈਂ ਉਹ ਸੱਚ ਲਈ ਹਾਂ ਕੀਤੀ ਆ। ਉਹ ਇੱਕ ਕਹਾਣੀ ਨਹੀਂ ਆ, ਉਹ ਇੱਕ ਸੱਚ ਹੈ ਜੋ ਉਸ ਬੰਦੇ ਨੇ, ਮਿੰਟੂ ਬਾਈ ਨੇ ਆਪਣੇ ਹੰਢਾਈਆਂ ਨੇ। ਅਤੇ ਜਦੋਂ ਕੁਛ ਚੀਜ਼ਾਂ ਦਾ ਦਰਦ ਤੁਹਾਨੂੰ ਭਰਝੀਂਡ ਕੇ ਰੱਖ ਦਿੰਦਾ, ਤਾਂ ਉਹ ਜਦੋਂ ਬਿਆਨ ਕੀਤਾ ਜਾਂਦਾ ਤਾਂ ਉਹਨੂੰ ਮੈਨੂੰ ਨਹੀਂ ਲੱਗਦਾ ਵੀ ਉਸ ਚੀਜ਼ ਦੀ ਕੋਈ ਲੋੜ ਪੈਂਦੀ ਹੈ ਕਿਸੇ ਚੀਜ਼ ਦੀ। ਇਹ ਜਿਹੜਾ ਕਿ ਜਿਵੇਂ ਕਿ ਆਪਣਾ ਪੋਸਟਰ ਵੇਖਿਆ, ਕਾਫੀ ਡਿਫਰੈਂਟ ਲੁੱਕ ਆ, ਅਤੇ ਇਹਦੇ ਲਈ ਕੰਮ ਕਰਨ ਲਈ ਮਤਲਬ ਕਿੰਨੀ ਕੁ ਹੋਰ ਮਿਹਨਤ ਲੱਗੇਗੀ ਤੁਹਾਡੀ ਹੁਣ? ਭਾਜੀ, ਮਿਹਨਤ ਦੇਖੋ, ਹਰੇਕ ਚੀਜ਼, ਹਰੇਕ ਕੰਮ ਬਹੁਤ ਮਿਹਨਤ ਭਾਲਦਾ, ਅਤੇ ਮੈਂ ਆਪਣੇ ਵੱਲੋਂ 100% ਦੇ ਰਿਹਾ, ਅਤੇ ਰੱਬ ਸੁੱਖ ਰੱਖੇ, ਫਿੰਗਰ ਕ੍ਰੋਸ, ਬਾਬਾ ਕੀ ਕਰਦਾ। ਅਤੇ ਨਿੰਜਾ ਜੀ, ਸਭ ਤੋਂ ਪਹਿਲਾਂ ਤੁਹਾਡੀ ਇੱਕ ਪਛਾਣ ਹੈ ਗਾਇਕ ਦੀ, ਤੁਹਾਡਾ ਗਾਣਾ ਵੀ ਇਸ ਮੂਵੀ 'ਚ? ਭਾਜੀ, ਮੈਂ ਐਜ਼ ਐਨ ਸਿੰਗਰ ਹੀ ਜਾਣਿਆ ਜਾਂਦਾ, ਅਤੇ ਐਜ਼ ਐਨ ਐਕਟਰ ਦੀ ਮੋਹਰ ਮੇਰੇ 'ਤੇ ਲੱਗੀ ਆ, ਮੈਨੂੰ ਪਸੰਦ ਕੀਤਾ ਗਿਆ, ਮੈਨੂੰ ਪਿਆਰ ਕੀਤਾ ਗਿਆ। ਗਾਣੇ ਵੀ, ਮਿਊਜ਼ਿਕ ਵੀ ਬਹੁਤ ਅੱਛਾ ਤੁਹਾਨੂੰ ਸੁਣਨ ਨੂੰ ਮਿਲੂਗਾ, ਹੋਪ ਸੋ, ਤੁਸੀਂ ਵੇਟ ਐਂਡ ਵਾਚ। ਨਹੀਂ ਜੀ, ਜਿਹੜੀ ਇਹ ਮੂਵੀ ਹੈ ਨਸ਼ਿਆਂ ਦੇ ਮੁੱਦੇ 'ਤੇ, ਠੀਕ ਹੈ, ਨਸ਼ਿਆਂ ਤੋਂ ਕਿਵੇਂ ਨਿਕਲਿਆ ਜਾ ਸਕਦਾ, ਤੁਹਾਨੂੰ ਕੀ ਲੱਗਦਾ ਇਸ ਮੂਵੀ ਨੂੰ ਵੇਖਣ ਤੋਂ ਬਾਅਦ ਲੋਕ ਮੋਟੀਵੇਟ ਕਿੰਨੇ ਕੁ ਹੋਣਗੇ, ਅਤੇ ਨਾਲੇ ਹੀ ਉਹਨਾਂ ਦਾ ਜਿਹੜਾ ਰਸਤਾ ਹੈ ਕਿਉਂਕਿ ਨਸ਼ੇ ਤੋਂ ਬਾਹਰ ਆਉਣ ਦਾ, ਉਹ ਰਸਤਾ ਉਹਨਾਂ ਲਈ ਕਿੰਨਾ ਕੁ ਸੌਖਾ ਹੋ ਜੂ? ਭਾਈ ਦੇਖੋ, ਤੁਸੀਂ ਜਿਵੇਂ ਮੈਂ ਤੁਹਾਡੀ ਗੱਲ ਨੂੰ, ਤੁਹਾਡੇ ਪ੍ਰੋਫੈਸ਼ਨ ਨੂੰ ਲੈ ਕੇ ਚੱਲਦਾ ਦੈਨਿਕ ਸਵੇਰਾ, ਤਾਂ ਇਸ ਪਲੇਟਫਾਰਮ 'ਤੇ ਮੇਰੇ ਹਿਸਾਬ ਨਾਲ ਜਿੰਨਾ ਕੁ ਮੈਂ ਫੋਲੋ ਕਰਦਾ, ਰੋਜ਼ ਕਿਸੇ ਨਾ ਕਿਸੇ ਮੁੱਦੇ ਬਾਰੇ ਗੱਲ ਛਿੜਦੀ ਆ, ਨਸ਼ੇ ਬਾਰੇ ਸਪੈਸ਼ਲੀ ਛਿੜਦੀ ਆ। ਉਸ ਚੀਜ਼ ਨੂੰ ਦੇਖ ਕੇ, ਸੁਣ ਕੇ, ਜੇ 1000 ਬੰਦਾ ਦੇਖਦਾ ਤਾਂ ਕਮ ਸੇ ਕਮ ਦੋ ਬੰਦਿਆਂ ਦੇ ਤਾਂ ਦਿਮਾਗ ਦੇ ਵਿੱਚ ਉਹ ਚੀਜ਼ ਪੈਂਦੀ ਹੋਊਗੀ। ਅਸੀਂ ਆਪਣੀ, ਤੁਸੀਂ ਆਪਣੀ ਜੋਬ ਕਰ ਰਹੇ ਹੋ, ਚੈਨਲ ਆਪਣੀ ਜੋਬ ਕਰ ਰਿਹਾ, ਮੈਂ ਵੀ ਆਪਣੀ ਪ੍ਰੋਪਰ ਉਹੀ ਇੱਕ ਬਿਲੀਵੇਬਿਲਟੀ ਨਾਲ, ਇੱਕ ਆਪਣੇ ਹਾਰਡਵਰਕ ਦੇ ਨਾਲ, ਇੱਕ ਜੋਬ ਵੱਲ ਲੱਗਿਆ ਹੋਇਆ। ਮੈਨੂੰ ਦੇਖ ਕੇ ਜਿਹੜੇ ਮੇਰੇ 2 ਮਿਲੀਅਨ ਦੇ ਇੰਸਟਾਗ੍ਰਾਮ 'ਤੇ ਫੈਨ ਨੇ, ਉਹ ਮੈਂ ਸਿਰਫ ਵਿਊਜ਼ ਦਿਖਾਉਣ ਨੂੰ ਨਹੀਂ, ਮੈਂ ਉਹਨਾਂ ਤੱਕ ਕੁਛ ਚੰਗਾ ਪਹੁੰਚਾਉਣ ਲਈ ਉਹਨਾਂ ਤੱਕ ਲੈ ਕੇ ਜਾਣਾ ਚਾਹੁੰਦਾ। ਮੇਰੀ ਇਸ ਕੋਸ਼ਿਸ਼ ਦੇ ਨਾਲ ਜ਼ਿਆਦਾ 2 ਮਿਲੀਅਨ 'ਚੋਂ 1000 ਬੰਦਾ ਵੀ ਕਰ ਗਿਆ, ਤਾਂ ਮੇਰੀ ਸਭ ਤੋਂ ਵੱਡੀ ਜਿੱਤ, ਮੈਂ ਇਹ ਮੰਨ ਕੇ ਚੱਲਦਾ। ਨਿੰਜਾ ਜੀ, ਤੁਸੀਂ ਵੀ ਸਟੂਡੈਂਟ ਲਾਈਫ 'ਚ ਵੀ ਰਹੇ, ਤੁਹਾਡੇ ਨਾਲ ਵੀ ਇਹੋ ਜਿਹੇ ਇੰਸਟੈਂਸ ਹੋਏ ਹੋਣਗੇ ਜਦੋਂ ਤੁਹਾਡੇ ਕੋਲ ਨਸ਼ਾ ਆਇਆ ਜਾਂ ਕੋਈ ਇਹੋ ਜਿਹਾ ਤੁਹਾਡਾ ਫਰੈਂਡ ਆਇਆ ਕੋਈ ਨਸ਼ਾ ਲੈ ਕੇ, ਕਿ ਕਿਉਂ ਨਹੀਂ ਕਰਦੇ ਤੁਸੀਂ? ਤੁਸੀਂ ਸਪੋਰਟਸਮੈਨ ਰਹੇ, ਤੁਸੀਂ ਉਸ ਚੀਜ਼ ਨੂੰ ਕਿਵੇਂ ਅਵੋਇਡ ਕੀਤਾ? ਤੁਹਾਡੀ ਉਮਰ ਕਿੰਨੀ ਆ? 25 25 ਸਾਲ, ਮੈਂ 28 ਦਾ। ਤੁਸੀਂ ਕਿਹੜੇ ਕਾਲਜ ਪੜ੍ਹੇ ਹੋ? ਮੁੰਬਈ ਤੋਂ ਜੀ। ਬੰਬੇ ਹੋ ਪੜ੍ਹੇ ਹੋ? ਬੰਬੇ ਕੁਛ ਜ਼ਿਆਦਾ ਪੰਜਾਬ ਨਾਲੋਂ। ਤੁਹਾਨੂੰ ਕਿੰਨੇ ਬੰਦੇ ਮਿਲੇ? ਸੀਰੀਅਸਲੀ ਦੱਸੋ, ਕਿੰਨੀ ਵਾਰ ਟਰਾਈ ਕੀਤਾ? ਅਤੇ ਤੁਸੀਂ ਸਪੋਰਟਸਮੈਨ ਵੀ ਰਹੇ ਹੋ, ਅਤੇ ਸਪੋਰਟਸ ਤੁਹਾਨੂੰ ਕੀ ਲੱਗਦਾ, ਸਪੋਰਟਸ ਕਿੰਨੀ ਕੁ ਇੱਕ ਰੋਲ ਪਲੇ ਕਰਦਾ ਹੈ ਨਸ਼ਿਆਂ ਤੋਂ ਬਚਣ ਲਈ? ਕਿਉਂਕਿ ਯੂਥ, ਮੈਂ ਜ਼ਿਆਦਾਤਰ ਆਪਾਂ ਵੇਖਿਆ, ਜੇ ਕੋਈ ਸਪੋਰਟਸ 'ਚ ਇਨਵੋਲਵ ਰਹੇ ਤਾਂ ਇਹੋ ਜਿਹੀ ਚੀਜ਼ਾਂ ਤੋਂ ਦੂਰ ਹੀ ਰਹਿੰਦੇ ਨੇ, ਅਤੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਰੋਲ ਪਲੇ ਕਰਦਾ ਸਪੋਰਟਸ? ਭਾਜੀ, ਸਪੋਰਟਸ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਇੱਕ ਤੁਹਾਨੂੰ ਜਿੰਦਾ ਰੱਖਦੀ ਆ ਤੁਹਾਡੇ ਕਿਸੇ ਗੋਲ ਤੱਕ ਪਹੁੰਚਾਉਣ ਲਈ।
ਆਪਾਂ ਐਵੇਂ ਨਹੀਂ ਸੋਚਦੇ, ਐਵੇਂ ਨਹੀਂ ਗੱਲਾਂ ਹੁੰਦੀਆਂ ਵੀ ਉਸ ਟੀਮ ਉਹ ਟੀਮ ਇੱਕ ਗੋਲ ਤੋਂ ਰਹਿ ਗਈ, ਉਹ ਦੋ ਗੋਲਾਂ ਤੋਂ ਰਹਿ ਗਈ। ਉਹ ਸੋਚ ਕੇ ਆਏ ਹੁੰਦੇ ਨੇ ਵੀ ਗੋਲ ਕਰਨੇ ਆ, ਅਤੇ ਜਿਹਦੇ ਵਿੱਚ ਸਪੋਰਟਸਮੈਨਸ਼ਿਪ ਹੁੰਦੀ ਆ ਉਹ ਚੀਜ਼ ਹਮੇਸ਼ਾ ਸਪੋਰਟ ਕਰੂਗੀ, ਕਿਉਂਕਿ ਸਪੋਰਟਸ ਔਰ ਨਸ਼ੇ ਦਾ ਕੋਈ ਮੇਲ ਨਹੀਂ ਹੈਗਾ। ਸਪੋਰਟਸ ਦੇ ਵਿੱਚ ਜਦੋਂ ਨਸ਼ਾ ਆਊਗਾ ਤਾਂ ਉਸ ਪਲੇਅਰ ਦੀ ਪਰਫੋਰਮੈਂਸ ਸਭ ਤੋਂ ਪਹਿਲਾਂ ਡਾਊਨ ਹੋਊਗੀ। ਮਿਲਖਾ ਸਿੰਘ ਦੇਖੀ ਤੁਸੀਂ, ਉਹ ਇੱਕ ਸੀਨ ਹੈ ਵੀ ਰੇਸ ਤੋਂ ਪਹਿਲਾਂ ਬੀਰਾਂ ਬੂਰਾਂ ਪੀ ਲੈਂਦੇ ਨੇ ਉਹ ਰੇਸ ਹਾਰ ਜਾਂਦੇ ਨੇ। ਤੁਸੀਂ ਯਾਰ ਖੜੇ, ਮੈਨੂੰ ਐਂ ਲੱਗਦਾ ਵੀ ਉਹ ਪ੍ਰੋਫੈਸ਼ਨ ਤੁਹਾਡਾ ਉਹ ਵਾਲਾ ਨਹੀਂ ਲੱਗਦਾ ਮੈਨੂੰ, ਪੱਤਰਕਾਰ ਵਾਲਾ ਹੋਰ ਤਰ੍ਹਾਂ ਦਾ। ਨਹੀਂ ਨਹੀਂ, ਉਹ ਆਦਤ ਹੈ ਜੀ, ਆਦਤ ਤੋਂ ਮਜਬੂਰ ਹੈ ਜ਼ਰੂਰੀ ਹੈ। ਠੀਕ ਹੈ, ਅਤੇ ਭਾਅ ਜੀ ਆਪਣੇ ਫੈਨਸ ਲਈ, ਆਪਣੇ ਫੋਲੋਅਰਸ ਲਈ ਦੈਨਿਕ ਸਵੇਰਾ ਰਾਹੀਂ ਇੱਕ ਕੀ ਲਾਈਨ ਪੇਸ਼ ਕਰਨਾ ਚਾਹੋਗੇ? ਨਹੀਂ ਯਾਰ, ਮੈਂ ਸਿਰਫ ਇੱਕ ਰਿਕੁਐਸਟ ਹੈ ਮੇਰੀ, ਤੁਸੀਂ ਫਿਰ ਉਦੋਂ ਖੜੇ ਹੋ, ਮੇਰੀ ਇੱਕ ਰਿਕੁਐਸਟ ਹੈ, ਅਸੀਂ ਯੂਥ ਹਾਂ ਔਰ ਮੇਰੇ ਨਾਲੋਂ ਵੱਧ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਆਪਣਾ ਦੋਵਾਂ ਦਾ ਔਰ ਜੋ ਸੁਣ ਰਹੇ ਉਹਨਾਂ ਸਾਰਿਆਂ ਦਾ ਇੱਕ ਫਰਜ਼ ਹੈ ਵੀ ਇਸ ਕੋਡ ਨੂੰ ਆਪਾਂ ਨੇ ਕੱਢੀਏ ਆਪਣੀ ਜ਼ਿੰਦਗੀ ਦੇ ਵਿੱਚੋਂ, ਜੇ ਕੋਈ ਆਲੇ ਦੁਆਲੇ ਕਰਦਾ ਵੀ ਉਹਨੂੰ ਪਿਆਰ ਨਾਲ ਸਮਝਾਈਏ ਔਰ ਉਹਨੂੰ ਅਪਣਾਈਏ। ਉਹਨੂੰ ਇਹੀ ਨਾ ਕਹੀਏ ਵੀ ਜੇ ਸਿਗਰਟ ਪੀਂਦਾ ਇਹਦੇ ਕੋਲ ਨਹੀਂ ਬਹਿਣਾ, ਉਹਨੂੰ ਕੋਸ਼ਿਸ਼ ਕਰੀਏ ਵੀ ਉਹ ਛੱਡੇ ਅਤੇ ਉਹਨੂੰ ਕਰੀਏ। ਅਤੇ ਆਪਣੇ ਕਿਸੇ ਵੀ ਗਾਣੇ ਦੀ ਦੋ ਲਾਈਨਾਂ ਸਾਡੇ ਵਿਊਜ਼ ਲਈ? ਗਾਣਾ ਨਹੀਂ, ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ, ਪੰਨੀ ਜਾਪੇ ਜਿਹਨੂੰ ਮਸ਼ੂਕ ਵਰਗੀ ਹੋਏ ਫਿਰਦੇ ਕੰਨੋਂ ਬੋਲੇ ਨੇ, ਜਿਹਨੂੰ ਚੱਟਾ ਚੱਟਾ ਕਹਿੰਦੀ ਦੁਨੀਆ, ਉਹਨੇ ਯਾਰ ਮੈਥੋਂ ਕਈ ਖੋਲੇ ਨੇ। ਸੋ ਕੁਛ ਨਹੀਂ ਆ, ਜੇ ਨਸ਼ਾ ਕਰਨਾ ਤਾਂ ਆਪਣੇ ਗੋਲ ਨੂੰ ਅਚੀਵ ਕਰਨ ਦਾ ਕਰੋ, ਸਵਾਦ ਆਊਗਾ ਉਹਦੇ ਵਿੱਚ। ਥੈਂਕ ਯੂ ਸੋ ਮਚ। ਥੈਂਕ ਯੂ ਭਾਅ ਜੀ। ਆਹ ਸੀਗਾ ਸਾਡੇ ਨਾਲ ਨਿੰਜਾ ਭਾਅ ਜੀ, ਜਿਨ੍ਹਾਂ ਨੇ ਦੱਸਿਆ ਕਿ ਆਪਣੀ ਮੂਵੀ ਲੈ ਕੇ ਆ ਰਹੇ ਹਾਂ ਮਿੰਟੂ ਗੁਰਸਰੀਆ ਦੀ ਲਾਈਫ 'ਤੇ, ਅਤੇ ਨਸ਼ਿਆਂ ਦੇ ਖਿਲਾਫ ਹੈ, ਨਸ਼ਿਆਂ ਤੋਂ ਕਿਵੇਂ ਨਿਕਲਿਆ ਜਾ ਸਕਦਾ ਉਹਦੀ ਇੱਕ ਅਵੇਅਰਨੈਸ ਲੈ ਕੇ ਆ ਰਹੇ ਨੇ। ਅਤੇ ਵੇਖਣ ਵਾਲੀ ਗੱਲ ਹੋਵੇਗੀ ਕਿ ਇਹਨਾਂ ਦੀ ਮੂਵੀ ਨੂੰ, ਇਹਨਾਂ ਦੇ ਇਸ ਕੰਸੈਪਟ ਨੂੰ ਕਿੰਨਾ ਕੁ ਪਿਆਰ ਮਿਲਦਾ ਪਬਲਿਕ ਵੱਲੋਂ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।